ਦੁਕਾਨਦਾਰ ਹੁਣ ਸਾਵਧਾਨ ਹੋ ਜਾਣ ਕਿਉਂਕਿ ਇਸ ਤਰੀਕੇ ਦੇ ਨਾਲ ਠੱਗੀ ਹੁਣ ਤੁਹਾਡੇ ਨਾਲ ਵੀ ਵੱਜ ਸਕਦੀ ਹੈ ਕਿਉਂਕਿ ਇੱਕ ਦੁਕਾਨਦਾਰ ਨੂੰ ਹੁਣ ਹਜ਼ਾਰਾਂ ਰੁਪਿਆਂ ਦਾ ਚੂਨਾ ਲਾ ਕੇ ਇੱਕ ਗ੍ਰਾਹਕ ਰਫੂ ਚੱਕਰ ਹੋ ਗਿਆ ਅਤੇ ਹਾਲੇ ਤੱਕ ਉਸਦੀ ਭਾਲ ਕੀਤੀ ਜਾ ਰਹੀ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਦੁਕਾਨ ਦੇ ਵਿੱਚ ਇੱਕ ਗ੍ਰਾਹਕ ਆਉਂਦਾ ਹੈ, ਹਾਲਾਂਕਿ ਆਉਂਦੇ ਸਾਰ ਹੀ ਦੁਕਾਨਦਾਰ ਦੇ ਪੈਰੀ ਹੱਥ ਲਾਉਂਦਾ ਅਤੇ ਇਸ ਤਰੀਕੇ ਦੇ ਨਾਲ ਜਿਤਾਉਂਦਾ ਕਿ ਸ਼ਾਇਦ ਉਹ ਉਹਨਾਂ ਦਾ ਕੋਈ ਪੁਰਾਣਾ ਜਾਣਕਾਰ ਹੈ। ਪਰ ਜਿਵੇਂ ਹੀ ਉਹ ਦੁਕਾਨ ਦੇ ਵਿੱਚ ਖਰੀਦਦਾਰੀ ਕਰਦਾ ਤਾਂ ਦੁਕਾਨਦਾਰ ਨੂੰ ਕਹਿੰਦਾ ਕਿ ਉਹ ਆਪਣਾ UPI ਉਸਨੂੰ ਨੰਬਰ ਦੇ ਦੇਣ, ਜਿਸ ਤੋਂ ਬਾਅਦ ਦੁਕਾਨਦਾਰ ਉਸਨੂੰ ਆਪਣਾ UPI ਨੰਬਰ ਅਤੇ ਸਕੈਨਰ ਜਦੋਂ ਉਹਨਾਂ ਨੂੰ ਦਿੰਦਾ ਤਾਂ ਜੋ ਗ੍ਰਾਹਕ ਹੈ ਉਹ ਉਸ ਨੰਬਰ ਦੇ ਉੱਤੇ ਜੋ ਅਕਾਊਂਟ ਦੇ ਵਿੱਚ ਪੇਮੈਂਟ ਪਾਣੀ ਹੁੰਦੀ ਹੈ ਉਸਦੀ ਥਾਂ ਦੇ ਉੱਤੇ ਟੈਕਸਟ ਮੈਸੇਜ ਕਰਕੇ ਹੀ ਉੱਥੋਂ ਫਰਾਰ ਹੋ ਗਿਆ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋ ਗਈ ਹੈ। ਜੋ ਠੱਗ ਸੀ ਗ੍ਰਾਹਕ ਬਣ ਕੇ ਆਇਆ ਸੀ, ਉਸ ਦੀਆਂ ਤਸਵੀਰਾਂ ਵੀ CCTV ਦੇ ਵਿੱਚ ਕੈਦ ਹੋਈਆਂ ਨੇ ਅਤੇ ਮਾਮਲਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਦੁਕਾਨਦਾਰ ਨੂੰ 22,000 ਰੁਪਏ ਦੀ ਠੱਗੀ ਵੱਜੀ ਹੈ। ਦਰਅਸਲ ਇਹ ਮਾਮਲਾ ਕੁਝ ਇਸ ਤਰ੍ਹਾਂ ਹੈ, ਉਸ ਦੁਕਾਨਦਾਰ ਦਾ ਕਹਿਣਾ ਕਿ ਉਸਦੇ ਕੋਲ ਇੱਕ ਗ੍ਰਾਹਕ ਆਉਂਦਾ, 22,000 ਰੁਪਏ ਦੀ ਉਸਦੇ ਕੋਲ ਸ਼ੋਪਿੰਗ ਕੀਤੀ ਜਾਂਦੀ ਹੈ। ਸ਼ੋਪਿੰਗ ਕਰਨ ਤੋਂ ਬਾਅਦ ਜਦੋਂ ਪੇਮੈਂਟ ਦੇਣ ਦਾ ਟਾਈਮ ਆਉਂਦਾ ਤਾਂ ਉਹ ਕਹਿੰਦਾ ਹੈ ਕਿ ਉਸਨੇ ਆਪਣੇ ਕਿਸੇ ਹੋਰ ਤੋਂ ਪੇਮੈਂਟ ਕਰਵਾਉਣੀ ਤਾਂ ਉਸਨੂੰ ਦੁਕਾਨਦਾਰ ਆਪਣਾ UPI ਨੰਬਰ ਦੇ ਦੇਵੇ, ਜਿਸ ਤੋਂ ਬਾਅਦ ਉਹ UPI ਨੰਬਰ ਜਦੋਂ ਦਿੰਦਾ ਤਾਂ ਉੱਥੇ ਤੁਰੰਤ ਟੈਕਸਟ ਮੈਸੇਜ ਕਰਦਾ, ਜਿਸ ਤੋਂ ਬਾਅਦ ਉਹ ਦੁਕਾਨਦਾਰ ਨੂੰ ਪੁੱਛਦਾ ਕਿ ਉਸ ਕੋਲ 22,000 ਦਾ ਮੈਸੇਜ ਆ ਗਿਆ। ਤਾਂ ਜਿਵੇਂ ਹੀ ਦੁਕਾਨਦਾਰ ਹਾਮੀ ਭਰਦਾ ਤਾਂ ਉਹ ਮੌਕੇ ਤੋਂ ਫਰਾਰ ਹੋ ਜਾਂਦਾ। ਇੰਨੇ ਦੇ ਵਿੱਚ ਦੁਕਾਨਦਾਰ ਨੂੰ ਕੁਝ ਸਮਝ ਲੱਗੇ, ਉਦੋਂ ਤੱਕ ਕਿਹਾ ਜਾ ਰਿਹਾ ਕਿ ਜੋ ਠੱਗ ਸੀ ਉਹ ਗੱਡੀ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਅਤੇ ਹੁਣ ਇਸ ਘਟਨਾ ਦੀ ਜਾਣਕਾਰੀ ਉਸਦੇ ਵੱਲੋਂ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਵੀ ਦਿੱਤੀ ਗਈ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਜਦੋਂ ਉਸਨੇ ਆਪਣੇ ਅਕਾਊਂਟ ਨੂੰ ਚੈੱਕ ਕੀਤਾ ਤਾਂ ਉਸਦੇ ਵਿੱਚ 22,000 ਰੁਪਏ ਦਾ ਕੋਈ ਵੀ ਮੈਸੇਜ ਨਹੀਂ ਸੀ ਆਇਆ ਹੋਇਆ। ਹਾਲਾਂਕਿ ਫੋਨ ਦੇ ਵਿੱਚ ਇੱਕ ਟੈਕਸਟ ਮੈਸੇਜ ਕਰਕੇ ਉਹ ਫਰਾਰ ਹੋ ਗਿਆ, ਜਿਸ ਦੇ ਕਾਰਨ ਉਸਨੂੰ ਭੁਲੇਖਾ ਲੱਗਦਾ ਹੈ ਕਿ ਸ਼ਾਇਦ ਇਹ ਪੇਮੈਂਟ ਅਕਾਊਂਟ ਦੇ ਵਿੱਚ ਆਈ ਹੋਵੇ, ਪਰ ਅਸਲ ਦੇ ਵਿੱਚ ਉਹ ਟੈਕਸਟ ਮੈਸੇਜ ਹੁੰਦਾ ਹੈ। ਅਤੇ ਹੁਣ ਇਸ ਦੁਕਾਨਦਾਰ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। CCTV ਫੁਟੇਜ ਜੋ ਹੈ ਉਹ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਅਤੇ ਜੋ ਠੱਗ ਆਇਆ ਸੀ ਉਸਦੀ ਭਾਲ ਕੀਤੀ ਜਾ ਰਹੀ ਹੈ। ਇਹ ਸ਼ੋਪ ਅਗੰਪੁਰ ਪਿੰਡ ਦੇ ਵਿੱਚ ਨਿਊ ਸ਼ਰਮਾ ਫੈਂਸੀ ਸਟੋਰ ਹੈ ਮੇਰੇ ਦੁਕਾਨ ਦਾ ਨਾਮ। ਔਰ ਭਾਅ ਜੀ ਕੱਲ੍ਹ ਰਾਤ ਦੀ ਵਾਰਦਾਤ ਹੈ, ਇਹ ਬੰਦਾ ਆਏ ਭਾਅ ਜੀ, ਸਿੰਗਲ ਇੱਕ ਬੰਦਾ ਆਇਆ, ਪਹਿਲਾਂ ਦੁਕਾਨ ਦੇ ਅੰਦਰ ਐਂਟਰੀ ਹੁੰਦੇ ਉਹਨੇ ਪਾਪਾ ਦੇ ਪੈਰਾਂ ਨੂੰ ਹੱਥ ਲਗਾਇਆ ਜੀ। ਪੈਰਾਂ ਨੂੰ ਹੱਥ ਲਗਾਉਂਦੇ ਹੀ ਪੁੱਛਿਆ, ਸ਼ਰਮਾ ਜੀ ਕੀ ਹਾਲ ਚਾਲ ਹੈ ਜੀ, ਵੀ ਜਿੱਦਾਂ ਬਿਲਕੁਲ ਐਂ ਕਰਤਾ ਕਿ ਜਾਣਦਾ ਹੈ ਉਹ। ਅਤੇ ਦੁਕਾਨ ਦੇ ਵਿੱਚ ਐਂਟਰ ਹੋਇਆ, ਉਹਨੇ ਅੰਦਰ ਦੇਖਿਆ ਸਾਰਾ ਕੁਛ, ਸਮਾਨ ਸਮੂਨ ਲਿਆ A to Z, ਸਮਾਨ ਲੈ ਕੇ ਫਿਰ ਕਹਿੰਦਾ ਭਾਅ ਜੀ ਮੈਂ ਪੇਮੈਂਟ ਬਾਰਕੋਡ ਦੇ ਥਰੂ ਕਰਨੀ ਜੀ, ਗੂਗਲ ਪੇ ਕਰਨੀ, ਗੂਗਲ ਪੇ ਹੋ ਜੂੰਗੀ ਜੀ? ਮੈਂ ਕਿਹਾ ਹੋ ਜੂੰਗੀ ਜੀ। ਕਹਿੰਦਾ ਭਾਅ ਜੀ ਮੈਂ ਕਿਸੇ ਦੇ ਥਰੂ ਕਰਵਾਉਣੀ। ਕਿੰਨੇ ਦਾ ਸਮਾਨ ਲਿਆ? ਉਹਨੇ ਭਾਅ ਜੀ ਅਮਾਊਂਟ ਲਈ ਜੀ 22,810 ਰੁਪਏ। ਅਤੇ ਮੈਂ ਕਹਿੰਦਾ ਭਾਅ ਜੀ ਮੈਨੂੰ ਆਪਣਾ ਨੰਬਰ ਦੇ ਦਿਓ ਗੂਗਲ ਪੇ ਵਾਲਾ, ਮੈਂ ਕਿਸੇ ਤੋਂ ਪੇਮੈਂਟ ਕਰਵਾਉਣੀ ਜੀ। ਮੈਂ ਕਿਹਾ ਠੀਕ ਹੈ ਜੀ, ਮੈਂ ਆਪਣਾ ਨੰਬਰ ਦੇ ਦਿੱਤਾ ਜੀ ਅਤੇ ਨੰਬਰ ਦਿੱਤਾ। ਉਹ ਤੋਂ ਬਾਅਦ ਮੈਂ ਉਹਨੂੰ ਕਿਹਾ ਭਾਅ ਜੀ ਪੇਮੈਂਟ, ਕਹਿੰਦਾ ਭਾਅ ਜੀ ਇੱਕ ਵਾਰ ਨੰਬਰ ਚੈੱਕ ਕਰ ਲਓ, ਇਹੀ ਨੰਬਰ ਹੈ। ਮੈਂ ਫਿਰ ਉਹਦੇ ਮੋਬਾਈਲ 'ਚ ਨੰਬਰ ਚੈੱਕ ਕੀਤਾ, ਮੈਂ ਕਿਹਾ ਬਿਲਕੁਲ ਠੀਕ ਹੈ ਜੀ। ਫਿਰ ਉਹ ਕਹਿੰਦਾ ਭਾਅ ਜੀ ਇੱਦਾਂ ਕਰੋ, ਕਈ ਵਾਰ ਬਾਰਕੋਡ ਤੋਂ ਬੰਦਾ ਪੇਮੈਂਟ ਕਰਦਾ, ਤੁਸੀਂ ਬਾਰਕੋਡ ਵੀ ਦੇ ਦਿਓ। ਭਾਅ ਜੀ ਉਹਨੇ ਬਾਰਕੋਡ ਦੇ ਉੱਪਰੋਂ ਨਾਮ ਵਗੈਰਾ ਵੀ ਪੜ੍ਹ ਲਿਆ, ਮੇਰੇ ਸੇਵਿੰਗ ਅਕਾਊਂਟ ਦਾ ਤਾਂ ਉਹਨੇ ਨਾਮ ਵਗੈਰਾ ਵੀ ਪੜ੍ਹ ਲਿਆ। ਫਿਰ 2 ਮਿੰਟ ਬਾਅਦ ਕਹਿੰਦਾ ਭਾਅ ਜੀ ਉਹ ਪੁੱਛ ਰਹੇ ਵੀ ਤੁਹਾਡਾ ਨਾਮ ਵਿਵੇਕ ਸ਼ਰਮਾ ਹੀ ਹੈ? ਮੈਂ ਕਿਹਾ ਹਾਂਜੀ। ਕਹਿੰਦਾ ਭਾਅ ਜੀ ਉੱਥੇ ਵਿਵੇਕ ਸ਼ਰਮਾ ਹੀ ਚੱਕਿਆ ਅਤੇ ਦੇਖ ਲਓ ਇਸੇ ਅਕਾਊਂਟ 'ਚ ਕਰਵਾਉਣੀ ਨਾ। ਮੈਂ ਕਿਹਾ ਹਾਂਜੀ। ਕਹਿੰਦਾ ਭਾਅ ਜੀ ਹੁਣ ਤੁਹਾਨੂੰ ਮੈਸੇਜ ਆਊਂਗਾ ਜੀ। ਅਤੇ ਫਾਦਰ ਸਾਹਿਬ ਹੋਰ ਕਸਟਮਰ ਨੂੰ ਅਟੈਂਡ ਕਰ ਰਹੇ ਤੇ
ਅਤੇ ਮੈਂ ਆਰਾਮ ਨਾਲ ਬੈਠਾ ਮੋਬਾਈਲ 'ਤੇ ਦੇਖ ਰਿਹਾ ਤਾਂ ਕਿ ਮੈਸੇਜ, ਕਿਉਂਕਿ ਅਮਾਊਂਟ ਥੋੜ੍ਹੀ ਬੜੀ ਤੀ, ਅਤੇ ਮੈਂ ਕਿਹਾ ਦੇਖਦੇ ਹਾਂ ਮੈਸੇਜ ਆਊਂਗਾ। ਅਤੇ ਉਹ ਨਾ ਭਾਅ ਜੀ ਆਰਾਮ ਨਾਲ ਬੈਠਾ ਅਤੇ ਕਹਿੰਦਾ ਭਾਅ ਜੀ ਮੈਸੇਜ ਆ ਗਿਆ ਮੇਰੇ ਨਾ ਭਾਅ ਜੀ ਮੋਬਾਈਲ 'ਤੇ ਮੈਸੇਜ ਆਇਆ ਕਿ ਹਾਂਜੀ 22,810 ਰੁਪਏ ਰਿਸੀਵਡ, ਜਿੱਦਾਂ ਓਰੀਜਨਲੀ ਮੈਸੇਜ ਆਉਂਦਾ, ਸਾਰਾ ਕੁਛ ਆ ਗਿਆ, UPI ID ਸਾਰਾ, ਰੈਫਰੈਂਸ ID ਸਾਰਾ ਕੁਛ ਆ ਗਿਆ, ਅਕਾਊਂਟ ਨੰਬਰ XX ਕਰਕੇ ਆਉਂਦਾ ਉਹ ਵੀ ਆ ਗਏ। ਅਤੇ ਮੈਂ ਕਿਹਾ ਹਾਂਜੀ ਭਾਅ ਜੀ ਮੈਸੇਜ ਤਾਂ ਆਇਆ। ਭਾਅ ਜੀ ਜਿੱਦਾਂ ਹੀ ਮੂੰਹ 'ਚੋਂ ਹਾਂਜੀ ਨਿਕਲਿਆ ਨਾ, ਉਹ ਅੱਗ ਦੀ ਸਪੀਡ 'ਚ ਭਾਅ ਜੀ ਬਾਹਰ ਨਿਕਲ ਗਿਆ। ਮੈਨੂੰ ਲੱਗਿਆ ਕਿ ਇਹ ਕੋਈ 420 ਦਾ ਕੇਸ ਲੱਗਦਾ। ਮੈਂ ਭਾਅ ਜੀ ਨਾਲ ਦੀ ਨਾਲ ਗੂਗਲ ਪੇ ਖੋਲ੍ਹ ਕੇ ਮੈਂ ਕਿਹਾ ਦੇਖਾ ਤਾਂ ਸਹੀ ਅਕਾਊਂਟ ਦੇ ਵਿੱਚ, ਉੱਥੇ ਭਾਅ ਜੀ ਪੈਸੇ ਨਹੀਂ ਆਏ। ਜਦੋਂ ਮੈਂ ਬੈਲੈਂਸ ਚੈੱਕ ਕੀਤਾ ਅਮਾਊਂਟ ਕੋਈ ਆਈ ਨਹੀਂ। ਮੈਂ ਪਾਪਾ ਨੂੰ ਫਟਾਫਟ ਕਿਹਾ, ਮੈਂ ਪਾਪੇ ਫਰੋਡ ਹੈ ਫਟਾਫਟ ਚੱਲੋ। ਭਾਅ ਜੀ ਉਹਦੀ i10 ਗੱਡੀ ਉਹਨੇ ਮੇਰੀ ਦੁਕਾਨ ਤੋਂ ਥੋੜ੍ਹੀ ਜਿਹੀ ਅੱਗੇ ਖੜਾ ਦਿੱਤੀ ਸੀ, ਉਹ ਵੀ ਨਾਲ ਦੇ ਕੈਮਰੇ ਦੇ ਵਿੱਚ ਕਵਰ ਹੈ, ਐਕਸਿਸ ਬੈਂਕ ਦੇ ਬਿਲਕੁਲ ਸਾਹਮਣੇ ਖੜਾ ਦਿੱਤੀ ਸੀ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਪਾਪਾ ਫਰੋਡ ਹੈ, ਫਟਾਫਟ ਆਪਾਂ ਬਾਹਰ ਗਏ, ਆਪਾਂ ਐਕਟਿਵਾ ਚੱਕੀ, ਮੋਟਰਸਾਈਕਲ ਚੱਕੇ, ਪਰ ਉਹਨੇ ਅੱਗ ਦੀ ਸਪੀਡ ਦੇ ਵਿੱਚ ਭਾਅ ਜੀ ਗੱਡੀ ਭਜਾ ਲਈ। ਗੱਡੀ ਫੁੱਲ ਸਪੀਡ ਦੇ ਨਾਲ ਗਈ ਭਾਅ ਜੀ, ਅਸੀਂ ਚੱਜ ਚੌਂਕ ਤੱਕ ਪੂਰਾ ਗਏ ਜੀ, ਉੱਥੇ ਪੂਰਾ ਅਸੀਂ ਦੇਖਿਆ ਪਰ ਗੱਡੀ ਨੇੜੇ ਨਹੀਂ ਲੱਗੀ ਜੀ। ਉਹ ਤੋਂ ਬਾਅਦ ਭਾਅ ਜੀ ਜਿੱਦਾਂ ਮੈਨੂੰ ਪੁਲਿਸ ਵਾਲੇ ਨੇ ਕਿਹਾ ਰਾਤ ਕਿ ਹਾਂਜੀ ਤੁਸੀਂ ਸਵੇਰੇ ਆਓ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਾਓ, ਮੈਂ ਉੱਥੇ ਗਿਆ ਜੀ। ਉਹਨਾਂ ਨੇ ਰਿਪੋਰਟ ਵਗੈਰਾ ਲਿਖੀ, ਸਿਰਫ ਸਾਈਨ ਵਗੈਰਾ ਮੇਰੇ ਕਰਵਾਏ ਬਸ। ਉਹ ਤੋਂ ਬਾਅਦ ਕਹਿੰਦੇ ਜੀ ਅਸੀਂ ਆ ਰਹੇ ਹਾਂ ਜੀ, ਤੁਸੀਂ ਇੱਦਾਂ ਕਰੋ। ਭਾਅ ਜੀ ਮੇਰੇ ਦੁਕਾਨ ਦੇ ਕੈਮਰਿਆਂ ਦੇ ਵਿੱਚ ਉਹਦੀ ਸਾਰੀ ਇਮੇਜ ਐਨ ਕਲੀਅਰ ਹੈ, ਬਿਲਕੁਲ ਕਲੀਅਰ ਹੈ, HIP ਕੈਮਰੇ ਲੱਗੇ ਹੈ, ਬਿਲਕੁਲ ਕਲੀਅਰ ਗਈ। ਮੈਨੂੰ ਪੁਲਿਸ ਵਾਲਿਆਂ ਦਾ ਹਜੇ ਵੀ ਕੋਈ ਫੋਨ ਨਹੀਂ ਆਇਆ ਥਾਣੇ ਤੋਂ, ਕੋਈ ਵਾਰਦਾਤ ਦਾ ਪੁੱਛਿਆ ਨਹੀਂ ਹੈਗਾ, ਕੋਈ ਕਾਰਵਾਈ ਨਹੀਂ ਹਜੇ ਤੱਕ ਹੋਈ। ਮੈਂ ਸਾਰੇ ਰਸਤੇ ਦੇ ਕੈਮਰੇ ਸਾਰੇ ਚੈੱਕ ਕਰਵਾ ਰਿਹਾ, ਖੁਦ ਆਪਣੇ ਬੇਸ 'ਤੇ ਸਾਰਾ ਚੈੱਕ ਕੀਤਾ, ਪਰ ਮੈਨੂੰ ਕੋਈ ਕੋਲ ਨਹੀਂ ਆਈ ਜੀ।